25 ਲਾ ਕੇ ਵਿਅਕਤੀ ਬਾਹਰ ਜਾਂਦਾ। ਹਾਂਜੀ ਠੀਕ ਹੈ ਜੀ। ਉਹ 25 ਇੱਥੇ ਲਾ ਲਏ, ਸਾਡੇ ਮੁਤਾਬਕ ਲਾ ਲਏ, 3 ਸਾਲ ਬਾਅਦ ਉਹਨੂੰ ਜਿਹੜੇ ਮਤਲਬ 25 ਲੱਖ ਰੁਪਏ ਲਾਇਆ ਉਹ ਆਮਦਨ ਹੋ ਜੂਗੀ 3 ਸਾਲਾਂ ਬਾਅਦ ਵਾਪਸ ਆ ਜੂਗਾ। ਜਿਹੜੇ ਜਾਨਵਰ ਉਹਦੇ ਕੋਲ ਖੜੇ ਨੇਗੇ, ਜਿਹੜੇ ਮਤਲਬ ਵਪਾਰੀ ਕੋਲ 50 ਜਾਨਵਰ ਤੇ ਲਵਾਤਾ 25 ਲੱਖ, 50 ਜਾਨਵਰ ਕਹਿਣਾ 25 ਲੱਖ 50 ਜਾਨਵਰ ਪੈ ਜਾਣਗੇ, 50 ਜਾਨਵਰ 3 ਸਾਲਾਂ ਬਾਅਦ ਉਹਨੂੰ ਮਤਲਬ 25 ਲੱਖ ਮੋੜ ਦੇਣਗੇ, ਵਾਪਸ ਕਰ ਦੇਣਗੇ। ਤੇ ਜਿਹੜੇ ਜਾਨਵਰ ਜਿੰਨੇ ਦੇ 50 ਜਾਨਵਰ ਖੜੇ ਨੇ ਉਹ ਉਹਨੂੰ ਫ੍ਰੀ 'ਚ ਹੋ ਗਏ, ਉਹਦੇ ਉਹ FD ਹੋ ਗਈ, ਉਹਦੀ ਮਤਲਬ ਉਹਦਾ ਜਿਹੜਾ ਵਾਧਾ ਹੋਊਗਾ ਉਹਦੀ ਕਮਾਈ ਆ ਉਹਦੀ। ਹਾਂ ਮਤਲਬ 3 ਸਾਲ ਆਪਾਂ ਨੂੰ ਸਬਰ ਕਰਨਾ ਪਊਗਾ। ਤੇ ਮੈਂ ਇਹ ਨਹੀਂ ਕਹਿੰਦਾ ਵੀ ਜਾਦੂ ਛੜੀ ਤਾਂ ਹੈ ਨਹੀਂ ਕੋਈ, ਆਪਾਂ ਤੁਹਾਡੇ ਘੰਟੇ ਬਾਅਦ ਜਾਂ ਸਾਲ ਬਾਅਦ ਉਹਨੂੰ ਪੈਸਾ ਕਰਕੇ ਦੇਵਾਂਗੇ, 3 ਸਾਲ ਟਿਕਣਾ ਪਊਗਾ। ਨਹੀਂ ਉਹ ਤਾਂ ਬਾਹਰ ਵੀ ਨਹੀਂ ਹੁੰਦੀ, ਬਾਹਰ ਵੀ ਨਹੀਂ ਹੁੰਦੀ। ਹਾਂ 3 ਸਾਲ ਟਿਕਣਾ ਪੈਂਦਾ ਜਿਹਨੂੰ ਪਤਾ ਹੀ ਹੈ, ਉੱਥੇ ਵੀ 5-7 ਸਾਲ ਬਿਲਕੁਲ ਸਰ ਬਿਲਕੁਲ। ਤਾਂ ਇਸ ਕਰਕੇ ਨੌਜਵਾਨ ਵਰਗੂ ਹੀ ਅਪੀਲ ਆ ਆਪਣੀ ਵੀ ਇੱਥੇ ਰਹੋ ਤੇ ਸੱਜੇ ਢੰਗ ਨਾਲ ਕੰਮ ਕਰੋ, ਬੱਕਰੀ ਪਾਲਣ ਕਰੋ, ਤੇ ਸਾਡੇ ਨੂੰ ਪੂਰੀ ਨੂੰ ਜਾਣਕਾਰੀ ਅਧੂਰੀ ਹੈ ਜੇ ਜੇ ਨਹੀਂ ਵੀ ਹੈਗੀ ਤਾਂ ਅਸੀਂ ਉਹਨੂੰ ਦੇਣ ਦੀ ਕੋਸ਼ਿਸ਼ ਕਰਾਂਗੇ।